हेलो एवरीवन लेट्स डिस्कस रिवीजन मटेरियल फॉर टर्म वन एग्जाम क्लास प्लस 2 पोयम है प्रेयर ऑफ द वुड्स क्वेश्चन नंबर 1 रीड द लाइंस गिवन बिलो एंड आंसर द क्वेश्चंस दैट फॉलो तो बेटे ਆਪਾਂ ਕੀ ਦੇਖਦੇ ਆ ਕਿ ਕੁਐਸਚਨ ਨੰਬਰ 1 ਦੇ ਵਿੱਚ ਵੀ ਸਾਨੂੰ ਪੋਇਮ ਦੀਆਂ ਕੁਝ ਲਾਈਨਸ ਦਿੱਤੀਆਂ ਹੋਈਆਂ ਐ ਇਹਨਾਂ ਨੂੰ ਪੜ੍ਹ ਕੇ ਆਪਾਂ ਆਨਸਰਸ ਦੇਣੇ ਆ ਇਸੇ ਤਰ੍ਹਾਂ ਹੀ ਕੁਐਸਚਨ ਨੰਬਰ 2 ਦੇ ਵਿੱਚ ਵੀ ਸੇਮ ਸਾਨੂੰ ਪੋਇਮ 'ਨੀਆਂ ਲਾਈਨਸ ਦਿੱਤੀਆਂ ਹੋਈਆਂ ਉਹਨਾਂ ਨੂੰ ਪੜ੍ਹ ਕੇ ਆਪਾਂ ਅਨਸਰ ਦੇਣੇ ਆ ਤਾਂ ਇਸ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਪੋਇਮ ਨੂੰ ਅੰਡਰਸਟੈਂਡ ਕਰਨਾ ਹੈ ਪੋਇਮ ਨੂੰ ਅੰਡਰਸਟੈਂਡ ਕਰਨ ਦੇ ਲਈ ਤੁਸੀਂ ਮੇਰੀ ਪੋਇਮ ਦੀ ਐਕਸਪਲੇਨੇਸ਼ਨ ਦੇਖ ਸਕਦੇ ਹੋ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਕੁਐਸਚਨ ਨੰਬਰ 1 ਹਾਊ ਕੈਨ ਦਾ ਵੂਡਸ ਗਿਵ ਅਸ ਹੀਟ ਐਜ਼ ਵੈਲ ਐਜ਼ ਕੋਲਡਨੈਸ ਦਰਖਤ ਸਾਨੂੰ ਨਿੱਗ ਤੇ ਠੰਡਕ ਦੋਵੇਂ ਚੀਜ਼ਾਂ ਕਿਵੇਂ ਦਿੰਦੇ ਆ ਆਪਸ਼ਨਸ ਦੇਖਦੇ ਆ ਨੰਬਰ 1 ਦਾ वुड्स गिव अस हीट व्हेन वी व्हेन बर्नड इन द फायरप्लेस ड्यूरिंग विਂਟਰਸ ਐਂਡ द ट्रीज गिव अस कूल ਸ਼ੇਡ ਇਨ ਸਮਮਰਸ ਲੱਕੜ ਨੂੰ ਜਦੋਂ ਫਾਇਰਪਲੇਸ ਤੇ ਸਰਦੀਆਂ ਦੇ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਸਾਨੂੰ ਨਿੱਗ ਦਿੰਦੇ ਆ ਤੇ ਗਰਮੀਆਂ ਦੇ ਵਿੱਚ ਦਰਖਤ ਸਾਨੂੰ ਛਾਂ ਦਿੰਦੇ ਆ ਠੰਡੀ ਛਾਂ ਦਿੰਦੇ ਆ ਸੈਕੰਡ ਹੈ ਵਿਦ द ਇਲੈਕਟ੍ਰਿਕ ਹੀਟਰਸ ਐਂਡ ਇਲੈਕਟ੍ਰਿਕ ਫੈਨਸ ਅਸੀਂ ਬਿਜਲੀ ਦੇ ਹੀਟਰਸ ਤੇ ਫੈਨਸ ਦੇ ਨਾਲ ਨੇਕ ਤੇ ઠੰਡਕ ਲੈਣੇ ਆ ਜਾਂ ਵਿਦ ਸਨ ਐਂਡ ਅਦਰ ਸਟਾਰਸ ਡੂ ਇਟ ਸੂਰਜ ਤੇ ਜਿਵੇਂ ਹੋਰ ਤਾਰੇ ਸਾਨੂੰ ਇਹ ਦੋਵੇਂ ਚੀਜ਼ਾਂ ਦਿੰਦੇ ਆ ਟਰੀਜ਼ ਬਰਨ ਥੈਮ ਸੈਲਵਜ਼ ਟਰੀਜ਼ ਆਪਣੇ ਆਪ ਨੂੰ ਜਲਾਉਂਦੇ ਆ ਤਾਂ ਸਾਡੀ ਜੋ ਰਾਈਟ ਆਪਸ਼ਨ ਹੈ ਉਹ ਹੈ ਏ ਦ ਵੂਡਸ ਗੇਵ ਅਸ ਹੀਟ ਵੈਨ ਬਰਨਡ ਇਨ ਦਾ ਫਾਇਰਪਲੇਸ ਕੁਐਸਚਨ ਨੰਬਰ 2 ਨੇਮ ਦਾ ਫਿਗਰ ਆਫ ਸਪੀਚ ਯੂਜ਼ਡ ਇਨ ਦਾ ਲਾਈਨ ਦਾ ਫ੍ਰੈਂਡਲੀ ਸ਼ੇਡ ਸਕਰੀਨਿੰਗ ਯੂ ਫਰਮ ਦਾ ਸਮਰ ਸਨ ਅਪਾ ਇਹ ਦਸਨੇਕ ਇਹ ਜਿਹੜੀ ਲਾਈਨ ਹੈ ਦਾ ਫਰੈਂਡਲੀ ਸ਼ੇਡ ਸਕਰੀਨਿੰਗ ਯੂ ਫਰੋਮ ਦਾ ਸਮਰ ਸਨ ਇਹਦੇ ਵਿੱਚ ਫਿਗਰ ਆਫ ਸਪੀਚ ਕਿਹੜਾ ਹੈ ਤਾਂ ਸਾਨੂੰ ਆਪਸ਼ਨਸ ਦਿੱਤੇ ਹੋਈਆਂ ਸਿਮਲੀ ਹੈ ਮੈਟਾਫਰ ਹੈ ਜਾਂ ਪਰਸੋਨਿਫਿਕੇਸ਼ਨ ਐਜ਼ ਵੈਲ ਐਜ਼ ਵੈਲ ਐਜ਼ ਐਲੀਟਰੇਸ਼ਨ ਜਾਂ ਐਲੀਟਰੇਸ਼ਨ ਓਨਲੀ ਤਾਂ ਇਸ ਨੂੰ ਅਗਰ ਆਪਾਂ ਦੇਖਦੇ ਹਾਂ ਤਾਂ ਸਾਡੀ ਜੋ ਰਾਈਟ ਆਪਸ਼ਨ ਹੈ ਉਹ ਹੈ ਸੀ ਪਰਸੋਨਿਫਿਕੇਸ਼ਨ ਦੇਖੋ ਬੇਟਾ ਜਿਹਦੇ ਵਿੱਚ ਜਿਹੜੀਆਂ ਬੇਜਾਨ ਚੀਜ਼ਾਂ ਹੈਗੀਆਂ ਉਹ ਹਿਊਮਨ ਬੀਇੰਗਸ ਦੀ ਤਰ੍ਹਾਂ ਬਿਹੇਵ ਕਰਦੀਆਂ ਤਾਂ ਉਸ ਨੂੰ ਆਪਾਂ ਪਰਸੋਨਿਫਿਕੇਸ਼ਨ ਕਹਿੰਦੇ ਆ ਇਹਨੂੰ ਆਪਾਂ ਐਲੀਟਰੇਸ਼ਨ ਕਿਉਂ ਕਹਿੰਦੇ ਆ ਇਹਦੇ ਵਿੱਚ ਐਲੀਟਰੇਸ਼ਨ ਵੀ ਹੈ ਰੀਜ਼ਨ ਕੀ ਹੈ ਕਿ ਜਿਹੜੀ ਫਰਸਟ ਵਰਡ ਦੀ ਸਾਊਂਡ ਹੈ ਇੱਥੇ ਦੇਖੋ ਸ਼ੇਡ ਸਕਰੀਨਿੰਗ ਫਰੋਮ ਸਮਰ ਸਨ ਇਹਦੇ ਵਿੱਚ ਐਸ ਦੀ ਸਾਊਂਡ ਆ ਰਹੀ ਹੈ ਤਾਂ ਇਸ ਕਰਕੇ ਇਹ ਐਲੀਟਰੇਸ਼ਨ ਵੀ ਹੈ ਕਵੈਸਚਨ ਨੰਬਰ 3 ਵਾਟ ਡੂ ਵੀ ਗੈਟ ਫਰਮ ਦਾ ਵੂਡਸ ਜੰਗਲਾਂ ਤੋਂ ਸਾਨੂੰ ਕੀ ਮਿਲਦਾ ਹੈ ਦਰਖਤਾਂ ਤੋਂ ਸਾਨੂੰ ਕੀ ਮਿਲਦਾ ਹੈ ਤਾਂ ਆਪਸ਼ਨਸ ਹੈ ਮਨੀ ਲੀव्स ਕਲੋਥਸ ਜਾਂ ਹੀਟ ਇਨ ਵਿంటర్ ਸ਼ੇਡ ਇਨ ਸਮਰ ਐਂਡ ਜੂਸੀ ਫਰੂਟ ਸਰਦੀਆਂ ਦੇ ਵਿੱਚ ਨਿੱਘ ਗਰਮੀਆਂ ਦੇ ਵਿੱਚ ਠੰਡੀ ਛਾਂ ਤੇ ਖਾਣ ਲਈ ਫਲ ਮਿਲਦੇ ਹੈ ਸੋ ਸਾਡੀ ਆਪਸ਼ਨ ਹੈ ਡੀ ਨੈਕਸਟ ਇਜ਼ ਦਾ ਲਾਈਨ ਰਫਰੈਸ਼ਿੰਗ ਡਰਾਸ ਰੈਫਰ ਟੂ ਇਹ ਜਿਹੜੀ ਲਾਈਨ ਹੈ ਦੇ ਵਿੱਚ ਰਫਰੈਸ਼ਿੰਗ ਡਰਾਡਸ ਇਹਦਾ ਸਬੰਧ ਕਾਦੇ ਨਾਲ ਹੈ ਕਿਸ ਚੀਜ਼ ਨੂੰ ਰੈਫਰ ਕਰਦੀ ਹੈ ਇਹ 옵ਸ਼ਨਸ ਹੈ ਐਪਲ ਜੂਸ ਕੈਂਡ ਜੂਸ ਜੂਸੀ ਬਾਈਟਸ ਆਫ ਫਰੂਟ ਤੇ ਕੋਕਟੇਲ ਪਾਰਟੀ ਤਾਂ ਸਾਡੀ 옵ਸ਼ਨ ਹੈ ਜੂਸੀ ਬਾਈਟਸ ਆਫ ਫਰੂਟਸ ਫਰੂਟਸ ਸਾਨੂੰ ਜੂਸੀ ਫਰੂਟਸ ਮਿਲਦੇ ਹੈ ਇਹ ਸਾਡੀ ਰਾਈਟ 옵ਸ਼ਨ ਹੈ ਨੈਕਸਟ ਹੈ ਸਟੈਂਜਾ ਨੰਬਰ 2 ਕੁਐਸਚਨ ਨੰਬਰ 1 ਚੂਜ਼ ਦ ਲਾਈਨ ਇਨ ਦ ਪੋਇਮ that explains the statement a man uses wood from birth till death poem de vich aap os line nu no choose karna hai jehdi ke is statement nu no explain kardi hai ke insaan janm to leke maut tak lakad da use karda hai ta ap poem di lines paddeya i am the handle of your hoe hoe hunda khurpi and the door of your homestead the wood of your cradle and the shell of your coffin ਤਾਂ ਇਸ ਪੋਇਮ ਦੇ ਵਿੱਚ ਆਪਾਂ ਕੀ ਦੇਖਦੇ ਆਂ ਦਾ वुड ऑफ योर ਕ੍ਰੈਡਲ ਕ੍ਰੈਡਲ ਹੁੰਦਾ ਹੈ ਪਲਨਾ ਬੱਚੇ ਦਾ ਪਲਨਾ ਜਿਹੜਾ ਉਹ ਲੱਕੜ ਦਾ ਬੰਦ ਹੈ ਐਂਡ ਦਾ ਸ਼ੈਲ ਆਫ ਯੂਰ ਕਾਫਨ ਤੇ ਜੋ ਕਾਫਨ ਹੈ ਜਿਹਦੇ ਵਿੱਚ ਡੈੱਡ ਬਾਡੀ ਨੂੰ ਰੱਖਿਆ ਜਾਂਦਾ ਹੈ ਉਹ ਵੀ ਲੱਕੜ ਦਾ ਬੰਦ ਹੈ ਸੋ ਇਸ ਲਾਈਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਨਸਾਨ ਲੱਕੜ ਨੂੰ ਬਰਥ ਤੋਂ ਲੈ ਕੇ ਡੈਥ ਤੱਕ ਯੂਜ਼ ਕਰਦਾ ਹੈ ਤਾਂ ਆਪਾਂ ਆਪਸ਼ਨਸ ਦੇ ਵਿੱਚ ਵੇਖੀਏ ਤਾਂ ਇਹ ਆਪਸ਼ਨ ਹੈ ਜਿਹੜੀ ਉਹ ਇਹੀ ਦਿੱਤੀ ਹੈ ਦਾ वुड ऑफ योर ਕ੍ਰੈਡਲ ਐਂਡ ਦਾ ਸ਼ੈਲ ਆਫ ਯੂਰ ਕਾਫਨ ਤਾਂ ਸਾਨੂੰ ਬਾਕੀ ਵੇਖਣ ਦੀ ਲੋੜ ਹੀ ਨਹੀਂ ਹੈ ਕੁਐਸਚਨ ਨੰਬਰ 2 ਆਈ ਐਮ ਦਾ ਬ੍ਰੈਡ ਆਫ ਕਾਈਂਡਨੈਸ ਐਂਡ ਦਾ ਫਲਾਅਰ ਆਫ ਬਿਊਟੀ ਬ੍ਰੈਡ ਆਫ ਕਾਈਂਡਨੈਸ ਦਾ ਮਤਲਬ ਇਹ ਹੈ ਕਿ ਦਰਖਤ ਸਾਨੂੰ ਦਇਆਲਤਾ ਸਿਖਾਉਂਦੇ ਐ ਐਂਡ ਦਾ ਫਲਾਅਰ ਆਫ ਬਿਊਟੀ ਤੇ ਇਹ ਸਾਨੂੰ ਸੁੰਦਰਤਾ ਵੀ ਪ੍ਰਦਾਨ ਕਰਦੇ ਐ ਇਹ ਦੋਨੋਂ ਚੀਜ਼ਾਂ ਇਸ ਲਾਈਨ ਦੇ ਵਿੱਚ ਆ ਰਹੀਆਂ ਐ ਦਇਆਲਤਾ ਸਿਖਾਉਂਦੇ ਐ ਤੇ ਸੁੰਦਰਤਾ ਦਿੰਦੇ ਐ this means the woods gave us ਇਸ ਗੱਲ ਦਾ ਕੀ ਮਤਲਬ ਹੈ ਕਿ ਦਰਖਤ ਸਾਨੂੰ ਕੀ ਦਿੰਦੇ ਐ অপਸ਼ਨਸ ਦੇਖਦੇ ਐ ਜੁਆਏ ਐਂਡ ਥ੍ਰਿਲ ਤਾਂ ਥ੍ਰਿਲ ਨਹੀਂ ਇਹਦੇ ਵਿੱਚ ਆ ਰਹੀ ਕਾਈਂਡ ਫੀਲਿੰਗਸ ਐਂਡ ਲਵਲੀਨੈਸ ਤਾਂ ਸਾਡੀਆਂ ਇਹ ਦੋਨੋਂ ਚੀਜ਼ਾਂ ਆ ਗਈਆਂ ਬ੍ਰੈਡ ਆਫ ਕਾਈਂਡਨੈਸ ਕੀ ਸੀ ਦਇਆਲਤਾ ਦੇਣੀ ਮੀਨਿੰਗ ਕਾਈਂਡ ਫੀਲਿੰਗਸ ਤੇ ਫਲਾਰ ਆਫ ਬਿਊਟੀ ਮੀਨਿੰਗ ਸੁੰਦਰਤਾ ਲਵਲੀਨੈਸ ਸੋ ਸਾਡੀ ਜੋ অপਸ਼ਨ ਹੈ ਦੈਟ ਇਜ਼ ਬੀ ਨੈਕਸਟ ਕੁਐਸਚਨ ਇਜ਼ ਦ ਸਪੀਕਰ ਇਨ ਦ ਪੋਇਮ ਇਜ਼ ਇਸ ਪੋਇਮ ਦੇ ਵਿੱਚ ਬੋਲ ਕੌਣ ਰਿਹਾ ਹੈ ਤਾਂ ਆਪਣੀਆਂ ਆਪਸ਼ਨਸ ਹੈ ਹिल्स ਦ ਡੇਜ਼ਰਟ ਦ ਵੂਡਸ ਦ ਸਕਾਈ ਤਾਂ ਇਹ ਜਿਹੜੀ ਪੋਇਮ ਹੈਗੀ ਹੈ ਇਸ ਵਿੱਚ ਵੂਡਸ ਹੀ ਬੋਲ ਰਿਹਾ ਹੈ ਆਪਣੀ ਆਪਸ਼ਨ ਹੈ ਸੀ ਨੈਕਸਟ ਹੈ ਕੁਐਸਚਨ ਨੰਬਰ 4 ਦ ਪ੍ਰੇਅਰ ਆਫ ਦ ਵੂਡਸ ਟੂ ਦ ਹਿਊਮਨ ਬੀਇੰਗਸ ਇਜ਼ ਜਿਹੜੇ ਵੁੱਡਸ ਹੈ ਉਹ ਇਨਸਾਨ ਨੂੰ ਕੀ ਬੇਨਤੀ ਕਰਦੇ ਹੈ অপਸ਼ਨਸ ਦੇਖਦੇ ਹੈ that he should not harm them ਕਿ ਇਨਸਾਨ ਜਿਹੜਾ ਉਹ ਦਰਖਤਾਂ ਨੂੰ ਕੋਈ ਨੁਕਸਾਨ ਨਾ ਪਹਚਾਏ ਜਾਂ that he should give nature a lot of money ਜਾਂ ਇਨਸਾਨ ਨੇਚਰ ਨੂੰ ਬਹੁਤ ਸਾਰਾ ਪੈਸਾ ਦੇ ਜਾਂ that he should work in offices ਉਹ ਆਫਿਸ ਦੇ ਵਿੱਚ ਕੰਮ ਕਰੇ that he should cut the trees ਉਹ ਦਰਖਤਾਂ ਨੂੰ ਕੱਟ ਦੇਵੇ ਤਾਂ ਆਪਣੀ ਜੋ ਰਾਈਟ ਆਪਸ਼ਨ ਹੈ ਉਹ ਹੈ ਇਹ ਦਰਖਤ ਜਿਹੜੇ ਉਹ ਇਨਸਾਨ ਨੂੰ ਇਹ ਪ੍ਰੇ ਕਰਦੇ ਹੈਗੇ ਆ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ that he should not harm them ਤਾਂ ਡੀਅਰ ਸਟੂਡੈਂਟਸ ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ ਪੋਇਮ ਦੀ ਐਕਸਪਲੇਨੇਸ਼ਨ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਲਿੰਕ ਨੂੰ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਸਾਰੀ ਪੋਇਮ ਅੱਛੀ ਤਰ੍ਹਾਂ ਸਮਝ ਆ ਜਾਏ ਥੈਂਕ ਯੂ ਹੈਵ a nice day